ਸਾਰੇ ਜਣੇ ਸਨੈਪਚੈਟ ਆਈਡੀ ਦੇ ਐਡ ਕਰ ਲਓ ਵੀ, ਕਿਉਂਕਿ ਉੱਥੇ ਅਪਡੇਟ ਦਿੰਦੇ ਰਹੀਦਾ ਵਾ, ਕਾਫੀ ਸਾਰੀਆਂ ਸਟੋਰੀਆਂ ਵਗੈਰਾ ਪਾਈ ਦੀਆਂ ਤੇ ਜਾ ਕੇ ਜਰੂਰ ਚੈੱਕ ਕਰਿਓ। ਹੁਣ ਇਹ ਸੀਗਾ ਕੀ ਜਾਂਦੀ ਆ, ਪੋਸਟਰ ਲਾ ਕੇ ਕੱਲ ਮੈਡੀ ਨਾ ਹੁੰਦਾ। ਲੜੇ ਸੀਗਾ ਹੋਰ ਲੜ ਜੀ ਕਿੱਦਾਂ, ਠੀਕ ਠਾਕ? ਉਧਰ ਕਿਰਨ ਦੀਦੀ ਹੁਣ ਠੀਕ ਆ? ਅੱਛਾ, ਉਹ ਉਧਰ ਗਏ ਤੁਸੀਂ ਦੂਸਰੇ ਹਸਪਤਾਲ ਗਏ? ਅੱਛਾ ਅੱਛਾ, ਠੀਕ ਆ? ਆਹੋ, ਉਹਨਾਂ ਹਟਾਇਆ ਮਸ਼ੀਨ ਚੋਂ, ਕਹਿੰਦੇ ਦੋ ਤਿੰਨ ਵਾਰੀ ਚੈੱਕ ਕੀਤਾ ਵੀ ਠੀਕ ਆ, ਹੁਣ ਰਾਤੀ ਮਸ਼ੀਨ ਤੋਂ ਲਾਇਆ। ਅੱਛਾ, ਲੈ ਫਿਰ ਤਾਂ ਵਧਾਈਆਂ ਗੇ। ਕਹਿੰਦਾ ਅੱਜ ਜਾਂ ਕੱਲ੍ਹ ਵੈਸੇ ਭਾਵੇਂ ਛੁੱਟੀ ਮਿਲਿਆ, ਬਲਤੇ ਕੱਲ੍ਹ ਹੀ ਆਖਣ ਡਿਆ ਇੱਕ ਅੱਧਾ ਦਿਨ। ਕੋਈ ਨਹੀਂ, ਇੱਕ ਅੱਧਾ ਦਿਨ ਰਹਿਣ ਦੋ ਯਾਰ, ਜਿੱਥੇ ਲੜ ਜੀ ਇੰਨੇ ਦੇਣੇ ਆ ਲੱਗ ਗਏ ਤੇ ਕੋਈ ਗੱਲ ਨਹੀਂ ਯਾਰ। ਲਿਆ ਸੰਦੀਪ, ਲੈ ਵਧਾਈ ਬਣ ਗਈ ਹੁਣ ਤਾਂ, ਫਿਰ ਵਧਾਈ ਬਣ ਗਈ, ਮਸ਼ੀਨ ਤੋਂ ਲਾ ਕੇ ਵੇਖ ਲਿਆ ਬੱਚਾ ਦੋ ਵਾਰੀ ਤਿੰਨ ਵਾਰੀ ਉਹਨਾਂ ਨੇ। ਰਾਤੀ ਹਲੇ ਹੁਣੇ ਪਤਾ ਕੀ ਦਿਮਾਗ ਚ ਕਰਨ ਡਿਆ, ਜੇ ਮੇਰੇ ਰਾਤੀ ਖਿਆਲ ਆਇਆ ਮੈਂ ਵੀ ਪਤਾ ਕੀ ਕਿਆ ਕਰਨਾ, ਹਰਗੁਣ ਨੇ ਮੈਂ ਜਾਵਾਂ, ਮੈਂ ਭੁਈ ਕੋ ਜਾਵਾਂ। ਰਾਤੀ ਮੰਮੀ ਅਸੀਂ ਕਾਲੀ ਕਾਲੀ ਡੈਡੀ ਨੇ ਚਾਬੀ ਫੜਾ ਤੀ, ਡੈਡੀ ਕੋਲੋਂ ਆਪਣੇ ਘਰ ਦੀ ਚਾਬੀ ਨੀ ਲਈ, ਵਿਚਾਰਾ ਫਿਰ ਆਇਆ ਮੁੜ ਕੇ ਵਾਪਸ, ਕਿਤੇ ਵਾਜਾਂ ਵੀ ਦਿੱਤੀਆਂ ਕਦੇ ਖਾਰ ਤੇ ਮੈਂ ਕਾਰ ਨੂੰ ਠਾਲੀ ਮਿੰਟੋ ਮਿੰਟੀ, ਤੇ ਮੈਂ ਚਲ ਗਿਆ ਸਿੱਧਾ ਮੁੜ ਕੇ ਦੁੱਧ ਲੈਣ ਵਾਸਤੇ, ਤੇ ਇਹ ਕਹਿੰਦੀ ਲਵਲੀ ਹੁਣ ਪੁੱਛ ਲਈ ਜੇ ਮਤਲਬ ਸਾਡੇ ਨਾਲ ਤੁਰ ਪੈਣ, ਤੇ ਮੈਂ ਪੁੱਛ ਲਾ ਮੈਂ ਦੁੱਧ ਲੈਣ ਡਿਆ ਪਿਆ ਅੰਦਰ। ਜਿਹਨੇ ਕੀਤੀ ਅਰਦਾਸ ਤੇ ਪ੍ਰਸ਼ਾਦ ਵੰਡਣ ਡੇ ਤੇ ਆਪਣੇ ਘਰੇ ਬਾਬਾ ਜੀ ਡੱਬਾ ਚੜਾਇਆ ਨੀ ਹੁਣੇ, ਅਜੇ ਡੈਡੀ ਪਾਠ ਕਰ ਘਟੇ ਨੇ, ਤੇ ਫਿਰ ਉਹਨਾਂ ਨੇ ਚੜਾ ਦੋ, ਖਰਾਬ ਹੋਣੇ ਨਾ ਗਰਮੀ ਚ ਤਾਜ਼ੇ ਸੀਗੇ। ਡੈਡੀ ਚੱਲੇ ਯਾਰ, ਹੁਣ ਮੈਨੂੰ ਕੀ ਪਤਾ ਓਥੇ ਫੜਾਉਣੀ ਕੀ ਮੈਨੂੰ ਹਰਦੀ ਯਾਰ, ਇਹ ਉੱਥੇ ਸੀਗੀ ਨਾ ਗੱਡੀ ਸੀ, ਮੈਂ ਦੁਕਾਨ ਚ ਸੀ, ਮੈਂ ਦੁਕਾਨ ਚ। ਸਤਿ ਸ੍ਰੀ ਅਕਾਲ, ਸਵਾਗਤ ਤੁਹਾਡਾ ਇਹਦੇ ਨਵੇਂ ਵਲੌਗ ਦੇ ਵਿੱਚ, ਤੇ ਮੈਂ ਚੱਲਿਆ ਸੀਗਾ ਕਿਰਨ ਦੀਦੀ ਹੁਣ ਵੱਲ, ਅਤੇ ਮੈਂ ਭਾਅ ਜੀ ਲਾਗੂ ਹੋ ਗਈ ਵੀ, ਅਤੇ ਨਾਲੇ ਥੋੜ੍ਹਾ ਭਾਅ ਜੀ ਨਾਲ ਕੰਮ ਆ ਵੀ, ਅਤੇ ਉਹ ਕਹਿਣ ਡੇ ਵੀ ਆ ਵੀ ਦੋ ਮਿੰਟ, ਅਤੇ ਜਾਣਾ ਪੈਣਾ ਆਪਾਂ ਨੂੰ, ਅਤੇ ਸੋ ਮੈਂ ਹੁਣ ਚੱਲਿਆ, ਡੈਡੀ ਮੰਮੀ ਹੁਣੇ ਉੱਥੇ ਹੀ ਨੇ, ਅਤੇ ਲਵਲੀ ਆ ਗਈ, ਉਹ ਸੰਦੀਪ ਦੇ ਲਾਗੇ ਰਹੇਗੀ, ਅਤੇ ਸੋ ਚੱਲਦੇ ਹਾਂ ਆਪਾਂ। ਗਰਮੀ ਤਾਂ ਬਹੁਤ ਹੋ ਗਈ, ਗਰਮੀ ਵਾਲੀ ਅੱਤ ਹੋ ਗਈ ਯਾਰ, ਘਬਰਾਹਟ ਹੀ ਹੋ ਜਾਂਦੀ, ਬੁਰੇ ਹਾਲ ਆ ਯਾਰ। ਇਹ ਫੋਨ ਦਾ ਹਰਗੁਣ ਨੇ ਗਾਰਡ ਤੋੜਤਾ ਆ, ਅਤੇ ਪਹਿਲਾਂ ਤਾਂ ਆਪਾਂ ਇਹ ਗਾਰਡ ਪਵਾ ਲਈਏ, ਸਸਕੀਆਂ ਗਲੀ ਗਾਰਡ ਪਵਾ ਲਈਏ, ਉਸ ਤੋਂ ਬਾਅਦ ਅੱਗੇ ਜਾਂਦੇ ਹਾਂ। ਪਦੋ ਮਹਾਰਾਜ ਬਲੋਗ ਸਹੀ ਹੈ, ਮਤਲਬ ਕਿ ਅੱਧੇ ਬਲੋਗ ਚ ਆਪਾਂ ਆਵਾਂਗੇ, ਹੈ ਨਾ? ਹਾਂ ਬਿਲਕੁਲ ਬਿਲਕੁਲ ਸਹੀ ਹੈ ਯਾਰ।
ਇਹ ਗੁੜੀਆਂ ਨੇ ਯਾਰ ਤੋੜ ਦੇਣਾ ਮੈਂ ਨੋਰਮਲ ਪਾ ਦੇ ਨਾਲੇ ਫੋਨ ਵੀ ਕਿੰਨਾ ਪੁਰਾਣਾ ਹੋ ਗਿਆ ਨਾ ਲੈਣ ਤੋਂ ਮਿਕਸ ਹੋ ਗਿਆ 4 ਸਾਲ ਹੋ ਗਏ ਇਹਨੂੰ ਹੋਰ ਇਹ ਯਾਰ ਮੇਰਾ ਪਹਿਲਾ ਫੋਨ ਸੀ ਮੈਂ ਵੇਚਦਾ ਨਹੀਂ ਹੈ ਅੱਛਾ ਅੱਛਾ ਸਹੀ ਹੈ ਯਾਦੋਂ ਬੜੀ ਰਹਿੰਦੀ ਹੈ ਇਹ ਪਤਾ ਕੀ ਚੀਜ਼ ਹੋਈਂਦੀ ਨਾ ਇਹ ਜਿਹੜੇ ਫੋਨ ਇੱਥੇ ਤੱਕ ਪਹੁੰਚਾਇਆ ਯਾਰ ਫਿਰ ਉਹ ਚੀਜ਼ ਵੇਚਣੀ ਨਹੀਂ ਚਾਹੀਦੀ ਕਿਸਮਤ ਵੀਰੇ ਇਹਦੇ ਸਿਰ ਤੇ ਹੀ ਆਈ ਹੈ ਸਾਰੀ ਇਹਦੇ ਸਿਰ ਤੇ ਇਹਦੇ ਸਿਰ ਮਤਲਬ ਡੈਡੀ ਦੀ ਵੀਡੀਓ ਮੰਮੀ ਹੋਣਾਂ ਦੀ ਇੱਥੇ ਬਣਾਉਂਦਾ ਸੀਗਾ ਮੈਂ ਵਧੀਆ ਪਹਿਲਾਂ ਵਲੌਗਿੰਗ ਕੀਤੀ ਉਹ ਵੀ ਇੱਥੋਂ ਕੀਤੀ ਸਟਾਰਟ ਰੀਸ ਨਹੀਂ ਹੈਗਾ ਫੋਨ ਦੀ ਮੈਂ ਵੀ ਯੂਜ਼ ਕਰਦਾ ਮੈਂ ਵਰਤਣ ਡਿਆ ਇਸ ਟਾਈਮ ਅੱਛਾ ਇਹਨੇ ਸਹੀ ਸਹੀ ਨਹੀਂ ਜਿਹੜੀ ਕੋਈ ਚੀਜ਼ ਘਰੇ ਦੇਖ ਗਈ ਹੈ ਨਾ ਕੋਈ ਚੀਜ਼ ਅਤੇ ਉਹਨੂੰ ਫਿਰ ਵੇਚਣਾ ਨਹੀਂ ਚਾਹੀਦਾ ਜਿੰਨਾ ਵੀਰੇ ਆਪਣਾ ਸਾਰਾ ਸਟਾਰਟਅਪ ਹੋਇਆ ਨਾ ਉਹ ਚੀਜ਼ ਕਦੀ ਨਹੀਂ ਭੁੱਲਦੀ ਬੰਦੇ ਨੂੰ ਸਹੀ ਗੱਲ ਮੋਬਾਈਲ ਨੂੰ ਮਤਲਬ ਕਵਰ ਪਵਾ ਲਈਏ ਆਪਣੇ ਵਾਲੇ ਨੂੰ ਉਹ ਤਾਂ ਕਵਰ ਖਰਾਬ ਹੋ ਗਿਆ ਹਾਥੀ ਬੜੇ ਵੱਢਣ ਡਿਆ ਭਰਾ ਉਹ ਚੈੱਕ ਕਰ ਆਰਟੀਕਲ ਦੀ ਚੈੱਕ ਕਰਨਾ ਇਹਨੂੰ ਦਿਖਾਓ ਇਹਨਾਂ ਐਪਲ ਲੋਗੋ ਸਹੀ ਹੈ ਨਾਲ ਕੈਮਰਾ ਪ੍ਰੋਟੈਕਸ਼ਨ ਵੱਖਰੀ ਇਹ ਪਾ ਕੇ ਦੇਖਦੇ ਮੈਂ ਕਿਹਾ ਸੰਦੀਪ ਨੂੰ ਮੋਬਾਈਲ ਦਿੱਤਾ ਹੋਇਆ ਆ ਅਤੇ ਇਹਦੇ ਵਾਸਤੇ ਲੇਡੀਜ਼ ਕਵਰ ਕੋਈ ਦੇਖ ਲੈਂਦੇ ਹਾਂ ਮੈਂ ਤਾਂ ਪਵਾ ਲਿਆ ਵਾ ਆਪਣੇ ਫੋਨ ਨੂੰ ਆਹ ਪਾਉ ਆ ਜਾ ਬਲੈਕ ਇਹਨਾਂ 'ਚ ਕੋਈ ਪਾ ਦਿਓ ਮੈਂ ਕਵਰ ਪਵਾ ਕੇ ਲੈ ਪਹੁੰਚ ਗਿਆ ਆਪਾਂ ਹੋਸਪਿਟਲ ਤੇ ਭਾਜੀ ਇੱਥੇ ਹੀ ਆ ਭਾਜੀ ਇੱਥੇ ਹੀ ਕਿੱਦਣ ਮਿਲਣੀ ਛੁੱਟੀ ਕੀ ਜਾਂਦੇ ਕੱਲ੍ਹ ਮਿਲ ਜੂਗੀ ਲੈ ਵੀ ਪਾਓ ਪੰਗੜਾ ਕੱਲ੍ਹ ਮਿਲ ਜਾਣੀ ਕੱਲ੍ਹ ਤੂੰ ਕੱਲ੍ਹ ਹੀ ਕਹਿ ਪਰਸੋਂ ਨਹੀਂ ਕੱਲ੍ਹ ਕਹੋ ਕਹੋ ਬਾਬੇ ਨਾਨਕ ਮਿਹਰ ਕਰੇ ਕੱਲ੍ਹ ਮਿਲ ਜਾਣੀ ਛੁੱਟੀ ਠੀਕ ਨਹੀਂ ਗੱਲ ਹਾਂਜੀ 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 ਬਾਈ ਹੋਏ 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 ਇਹੋ ਨਾਮ ਸ਼ਾਸਤਰੀ ਨਗਰ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਕਿਉਂਕਿ ਬਾਬਾ ਜੀ ਦਾ ਵਿਆਹ ਤਾਂ ਤੁਹਾਨੂੰ ਪਤਾ ਇੱਥੇ ਮੇਲਾ ਲੱਗਦਾ ਸ਼ਾਸਤਰੀ ਨਗਰ ਦਾ ਇੱਧਰ ਅਜੇ ਸਾਡਾ ਘਰ ਵਾਕਿਆ ਲੱਗ ਗਈ ਥੋੜਾ ਸੌਖ ਹੋ ਜਾਂਦੀ ਉੱਧਰ ਥੋੜਾ ਔਖਾ ਹੋ ਜਾਂਦਾ ਵੇਖ ਲਿਓ ਬਹੁਤ ਔਖਾ ਸਹੀ ਗੱਲ ਵੋਟਾਂ ਬਾਰੇ ਫੋਨ ਆਉਣ ਡਿਆ ਕਹਿੰਦੇ ਵੋਟਾਂ ਵੋਟਾਂ ਪਾ ਕੇ ਜਾਓ ਹੈਂ ਕਹਿੰਦੇ ਤੁਹਾਡੀ ਇੱਕ ਇੱਕ ਵੋਟ ਕੀਮਤੀ ਹੈ ਕੀਮਤੀ ਸਮੇਂ ਕੱਢ ਕੇ ਵੋਟ ਪਾਓ ਹਾਂਜੀ ਮੰਮੀ ਪਤਾ ਨਹੀਂ ਕੀ ਕੰਡ ਹੈ ਕੋਕਲਾ ਮੋਦੀ ਬਣਾ ਤਾ ਇਹਨੂੰ ਆਪਾਂ ਬਾਹਰ ਬੈਠੇ ਅੰਦਰ ਤਾਂ ਗਰਮੀ ਬਹੁਤ ਜ਼ਿਆਦਾ ਆ ਬਹੁਤ ਬੁਰੇ ਹਾਲ ਆ ਭਾਵੇਂ ਪੀ ਵੀ ਸੀ ਲੱਗੀ ਹੋਈ ਇੱਥੇ ਥੋੜ੍ਹਾ ਠੰਡਾ ਆ ਐਡੀ ਤਪਸ ਮਾਰਨ ਨਹੀਂ ਮੰਮੀ ਦਰੀ ਵੀ ਆ ਕੇ ਪਈ ਹੈਂ ਬਹੁਤ ਠੰਡੀ ਨਰੀ ਹੈ ਇਹ ਹੁਣ ਕਿਹੜੀ ਦੁਕਾਨ ਤੋਂ ਰਹਿੰਦੀ ਮੈਂ ਵਿੱਚ ਵਲੋਗ 'ਚ ਕਹਾਂ ਵੀ ਇਹਦੇ ਨਾਲ ਦੀਆਂ ਦਰੀਆਂ ਲਿਆਓ ਹੈਂ ਅਤੇ ਏ ਸੀ ਨਾਲ ਲਿਆਓ ਦਰੀਆਂ ਲਿਆਓ ਹੈਂ ਕੋਈ ਬੱਤਾ ਬੁੱਤਾ ਕੋ ਪੀਣਾ
ਅੱਛਾ ਚਲੋ ਜੀ ਉਸਤਾਦ ਜੀ ਹੁਣੀ ਚੱਲੇ ਨੇ ਦੂਜੇ ਹੋਸਪਿਟਲ ਅਤੇ ਛੁੱਟੀ ਸ਼ਾਇਦ ਕੱਲ੍ਹ ਮਿਲ ਜਾਏ ਇਹਨਾਂ ਨੂੰ ਕੱਲ੍ਹ ਡੈਡੀ ਵੀ ਆ ਗਏ ਆ ਘਰੇ ਅਤੇ ਮੈਂ ਪਹੁੰਚ ਗਿਆ ਘਰੇ ਬਾਹਰ ਬਾਹਰ ਤਾਂ ਗਰਮੀ ਵਾਲੀ ਅੱਤ ਹੋਈ ਪਈ ਹਰ ਦਿਨ ਸੁੱਤੀ ਸ਼ੇਰ ਸੁੱਤਾ ਆ ਸ਼ੇਰ ਆਹ ਆਪਣਾ ਨੱਥਾ ਕੱਦੂ ਬੱਲੇ 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 ਆਹ ਐਡਾ ਵੱਡਾ ਕੱਦੂ ਆਪਣਾ ਨੱਥਾ ਸੰਦੀਪ ਬੱਲੇ ਬੱਲੇ ਡੈਡੀ ਨੂੰ ਦੇਖਿਆ ਨਹੀਂ ਦੱਸ ਕੱਦੂ ਆਹ ਵਾਲਾ ਇੰਨੇ ਦਿਨ ਪਹਿਲਾਂ ਮਹਾਰਾਜ ਕੀ ਹਾਲ ਹੈ ਜੀ ਉਹ ਡੈਡੀ ਜੀ ਤੁਹਾਨੂੰ ਪਤਾ ਨਹੀਂ ਲੱਗਾ ਕੱਦੂ ਦਾ ਕਿੱਡਾ ਵੱਡਾ ਹੈ ਨਾ ਹੋ ਗਿਆ ਪਤਾ ਨਹੀਂ ਲੱਗਾ ਫਿਰ ਹੈ ਨਾ ਕਦੇ ਅੱਛਾ ਅੱਛਾ ਉੱਦਾਂ ਯਾਰ ਮੈਂ ਕੰਧ ਇੱਕ ਦਿਨ ਕੰਧਾਂ ਵਾਲੀਆਂ ਵੇਲਾਂ ਤਾਂ ਚੋ ਚੁੱਕ ਵੇਖੀਆਂ ਸੀ ਉਹ ਫਿਰ ਉਦੋਂ ਇੰਨਾ ਘੁਣਾ ਨਾ ਕਦੇ ਦੇਖਿਆ ਨਹੀਂ ਮੈਨੂੰ ਹੁਣ ਪਲ ਗਿਆ ਵਾਵਾ ਕੂਲਾ ਹੀ ਉੱਦਾਂ ਦੇ ਗਾਰਡ ਫੋਨ ਦਾ ਚੇਤਾ ਭੁੱਲ ਗਿਆ ਜੀ ਕਿੱਥੇ ਉਹ ਤਾਂ ਮੈਂ ਆਪਣੇ ਵਾਲੇ ਦਾ ਪਵਾਇਆ ਨਾ ਤੇਰੇ ਵਾਲੇ ਦਾ ਗਾਰਡ ਪਵਾਇਆ ਨਹੀਂ ਮੈਂ ਸਹੀ ਗੱਲ ਵੇਖ ਲਾ ਸੁੱਟ ਕੇ ਪੈ ਗਿਆ ਐ ਵੀ ਖੁਸ਼ ਵੀ ਕਿੰਨੀ ਹੁੰਦੀ ਲੈ ਯਾਰ ਮੈਂ ਜਾਵਾਂ ਜੀ ਕੰਮ ਥੋੜ੍ਹਾ ਜਿਹਾ ਸੰਦੀਪ ਦੇ ਗੁੜੀਆਂ ਸੁੱਤੇ ਨੇ ਅਤੇ ਮੈਂ ਬਣਾਉਣ ਡਿਆ ਖਿਚੜੀ ਮੈਂ ਚੱਲ ਆਉਣਾ ਉਹਨੇ ਉਦੋਂ ਦਾ ਭੰਬੜੀ ਕੰਨ ਸਬਜ਼ੀ ਸੁਬਜ਼ੀ ਰੋਟੀ ਰਾਟੀ ਲਾਤੀ ਉਹਨੇ ਅਤੇ ਹੁਣ ਲੰਮੇ ਪਏ ਮੈਂ ਚੱਲ ਮੈਂ ਖਿਚੜੀ ਬਣਾ ਦਿੰਦਾ ਬਣਾਈ ਤਾਂ ਕਿ ਪਹਿਲੀ ਵਾਰੀ ਬਣਾਈ ਆ ਵੇਖੋ ਚੰਗੀ ਬਣਦੀ ਕਿ ਪੰਜ ਫਸਟ ਟਾਈਮ ਬਣਾਈ ਆ ਟਰਾਈ ਕੀਤਾ ਆ ਬਾਕੀ ਵੇਖੋ ਕਿਰਨ ਦੀਦੀ ਵਾਸਤੇ ਆ ਜੀ ਡਾਕਟਰ ਸਾਹਿਬ ਨੇ ਆਖਿਆ ਉਹਨੇ ਹਲਕਾ ਹਲਕਾ ਖਾਣਾ ਇੱਧਰ ਆਪਣੇ ਧੁੱਪ ਵੀ ਲੱਗੀ ਆ ਅਤੇ ਮੀਂਹ ਵੀ ਆ ਰਿਹਾ ਵਾ ਇਹ ਕਿ ਸਿਸਟਮ ਅਤੇ ਪਰਨਾ ਬੰਨ ਲਿਆ ਆਪਾਂ ਹੁਣ ਅਤੇ ਜਾਵਾਂਗੇ ਭਾਜੀ ਹੁਣਾਂ ਵੱਲ ਰੋਟੀ ਲੈ ਕੇ ਅਜੇ ਹੁਣੇ ਨਹੀਂ ਥੋੜ੍ਹਾ ਲੇਟ ਹੀ ਜਾਵਾਂਗੇ ਮੈਂ ਪਰਨਾ ਬੰਨਣ ਵਾਲੇ ਰੈਡੀ ਹੋ ਜਾਈਏ ਮੈਂ ਹੱਥ ਮਾਰ ਫਿਰ ਇਹਨੇ ਹੱਥ ਮਾਰਿਆ ਦਾਦਾ ਨੂੰ ਝਾਤ ਕਰ ਦੋ ਨਹੀਂ ਰੁਕਣ ਦੇਣੇ ਜਦੋਂ ਮੈਂ ਪੰਜਾਬ ਦੇ ਵਿੱਚ ਆਇਆ ਤੇ ਤੁਹਾਡੀ ਅੱਗੇ ਆਪਣੀ ਸਰਕਾਰ ਹੈ ਫਿਰ ਡਬਲ ਇੰਜਨ ਹੋ ਜਾਊਗਾ ਡਬਲ ਇੰਜਨ ਦੀ ਰਫਤਾਰ ਨਾਲ ਕੰਮ ਕਰੂੰਗਾ ਤਾਂ ਮੈਂ ਇੱਕ ਬੇਨਤੀ ਕਰਦਾ ਇੱਕ ਵਿਰੋਧੀ ਆਉਂਦੇ ਨੇ ਬੜੇ ਰੌਲਾ ਪਾਉਂਦੇ ਨੇ ਕਦੀ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਕੋਈ ਘਰਦਿਆਂ ਤੋਂ ਆਉਂਦੇ ਆ ਕੋਈ ਇਧਰੋਂ ਜਿੰਤੀਪੁਰ ਤੋਂ ਆਉਂਦੇ ਲੈ ਵੀ ਖਿਚੜੀ ਮੈਂ ਬਣਾ ਤੀ ਪਰ ਕਹਿੰਦੇ ਵੀ ਤੂੰ ਹਲਦੀ ਜਿਹੜੀ ਪਾਈ ਇਹ ਨਹੀਂ ਪਾਉਣੀ ਚਾਹੀਦੀ ਚਲੋ ਕੋਈ ਨੀ
ਪਹਿਲੀ ਵਾਰੀ ਬਣਾਈ ਮੈਂ ਪਾਸ ਹੋ ਗਿਆ ਇੰਨਾ ਗਲਤ ਕਦੇ ਕਹਿ ਦਿਆ ਕਰ ਵੀ ਪਾਸ ਹੈ ਤੇਰੀ ਗਲਤੀ ਆ ਅਸਲ ਚ ਐਵੇਂ ਮੈਂ ਲੱਗ ਗਿਆ ਤੂੰ ਕਹਿ ਦੀ ਵਧੀਆ ਬਣੀ ਆ ਦੀਪ ਤੂੰ ਸੋਹਣੀ ਬਣਾਈ ਬਾਊ ਬਾਊ ਕਹਿ ਨਾਲ ਬਾਊ ਮੈਂ ਲਵਲੀ ਨੂੰ ਛੱਡਣ ਵਾਸਤੇ ਗਿਆ ਸੀ ਅਤੇ ਉਸ ਤੋਂ ਬਾਅਦ ਮੈਂ 2 ਮਿੰਟ ਅੱਗੇ ਚਲਾ ਗਿਆ ਅਤੇ ਸ਼ਹਿਰੀਕਰ ਸਿੰਘ ਸਾਹਿਬ ਆਏ ਹੈਗੇ ਅਤੇ ਆਪਣੇ ਇੱਧਰ ਤਾਂ ਆਮ ਆਦਮੀ ਪਾਰਟੀ ਦਾ ਬਹੁਤ ਜ਼ਿਆਦਾ ਜ਼ੋਰ ਆ ਅਤੇ ਤੁਹਾਡੇ ਕਿੱਧਰ ਕਿੱਧਰ ਆਮ ਆਦਮੀ ਪਾਰਟੀ ਦਾ ਜ਼ੋਰ ਜਾਂ ਕਿਹੜੇ ਹਲਕੇ ਵਿੱਚ ਕਿੱਦਾਂ ਆ ਸਿਸਟਮ ਅਤੇ ਸਾਰੇ ਜਾਣੇ ਜ਼ਰੂਰ ਦੱਸੋ ਕਿਹੜੇ ਕਿਹੜੇ ਹਲਕੇ 'ਚ ਆਪਣਾ ਕੌਣ ਕੌਣ ਜਿੱਤੂਗਾ ਸੋਰੀ ਜ਼ਿਲ੍ਹੇ ਵਿੱਚ ਕਿਹੜਾ ਕਿਹੜਾ ਜਿੱਤੂਗਾ ਦੱਸਿਓ ਜ਼ਰੂਰ ਕਮੈਂਟ ਕਰਕੇ ਠੀਕ ਹੈ ਹਾਂਜੀ ਬਾਹਰ ਹਨੇਰੀ ਹੈਗੀ ਬਹੁਤ ਜ਼ਿਆਦਾ ਹੈਂ ਖਿਚੜੀ ਸੁੱਕੇ ਆਪਣਾ ਕਿਰਨ ਨੇ ਖਾਣੀ ਹੈ ਬੜੀ ਇੱਕੋ ਜੀ ਅੱਛਾ ਇਹ ਵੀ ਗੱਲ ਸਹੀ ਫਿਰ ਇਹ ਸਗੋਂ ਤੈਨੂੰ ਡੋਲ 'ਚ ਪਾ ਦੇਣੀ ਚਾਹੀਦੀ ਹਾਂਜੀ ਹਾਂ ਹਾਂ ਉੱਤੇ ਚੁੱਕ ਉੱਧਰ ਵੇਖੋ ਆਹ ਕੀਤਾ ਜੀ ਔਰ ਬੁੱਲਾਂ ਰੱਖਦਾ ਡੀ ਤੁਹਾਨੂੰ ਹਾਏ ਨਾਲ ਉਹ ਵੀ ਕਰਦੀ ਆ ਕਰਦੀ ਮੇਰੇ ਨੀ ਲਾਉਣੀ ਆਪਣੇ ਲਾਓ ਇਹ ਕੰਡੀ ਹੈਂ ਇਹ ਕੀ ਲਾਇਆ ਪੁੱਤ ਨੇ ਇਹ ਕੀ ਕੀਤਾ ਬੁੱਗੇ ਨੂੰ ਇਹ ਕੀਤਾ ਬੁੱਗੇ ਨੂੰ ਹੈਂ ਯਾਰ ਮੰਮੀ ਕੋ ਮੂੰਹ ਸਾਫ਼ ਕਰਾਓ ਭੱਜ ਹੁਣ ਵੇਖ ਲਓ ਕੀ ਹਾਲ ਜੀ ਹਾਲ ਬਹੁਤ ਹੁੰਦੀ ਖਰਾਬ ਹੋਏ ਜੀ ਮੈਂ ਚੱਲਿਆ ਸੀਗਾ ਰੋਟੀ ਲੈ ਕੇ ਇਹ ਡੋਲੂ ਰੱਖਿਆ ਇਹਦੇ ਵਿੱਚ ਨੀਚੇ ਅਤੇ ਦੇ ਆਈਏ ਰੋਟੀ ਹੁਣ ਭਾਜੀ ਨੂੰ ਇੱਕੋ ਥਾਂ 'ਤੇ ਬੁਲਾੜਾ ਕਰਨ ਦੀਦੀ ਵਾਲੀ ਕੀ ਹਾਲ ਚਾਲ ਦੋਸਤੋ ਖਿਚੜੀ ਉਹਦੇ ਵਿੱਚੋਂ ਆਹੋ ਇੱਥੇ ਮੈਂ ਕਿਹਾ ਇੱਥੇ ਕਿਹਾ ਭਾਜੀ ਹਾਂ ਹਾਂਜੀ ਉਸਤਾਦ ਜੀ ਪੈ ਜ ਲਵੇ ਇਹ ਮੈਂ ਤੇਰੇ ਵੀਰ ਨੇ ਬਣਾਈ ਆ ਬੜਾ ਸਵਾਦ ਹੈ ਪਾਣੀ ਪੁਣੀ ਮੈਂ ਫਿਰ ਮੁੜ ਕੇ ਰੱਖ ਕੇ ਨਾ ਅਤੇ ਮੈਂ ਚੱਲ ਗਿਆ ਸੀ ਜਾਣਾ ਸੀ ਬਾਜ਼ਾਰ ਅਤੇ ਫਿਰ ਸੰਦੀਪ ਨੇ ਮੁੜ ਕੇ ਪਤਾ ਪਾਣੀ ਸੁੱਕ ਗਿਆ ਫਿਰ ਦੋਹਰੇ ਪਾਣੀ ਪਾਇਆ ਕਹਿੰਦੀ ਤੂੰ ਉਹਦੇ ਭੱਪਾ ਕਰ ਗਿਆ ਸੀ ਹੋਰ ਤਰ੍ਹਾਂ ਦੀ ਇਹ ਪਤਾ ਨਹੀਂ ਆ ਭਾਈ ਸਵਾਦ ਆ ਕਿ ਨਹੀਂ ਲੂਣ ਠੀਕ ਨਹੀਂ ਭਲਾ ਮੈਂ ਬਣਾਈ ਮੰਮੀ ਮੈਂ ਬਣਾਈ ਉਹਨੇ ਰਗੜ ਰੁੜ ਕੋਫਤੇ ਕੋਫਤੇ ਬਣਾਏ ਡੈਡੀ ਮੈਨੂੰ ਫੋਨ ਕਰਨ ਡੇ ਡੈਡੀ ਕਹਿੰਦੇ ਖੀਰੇ ਪਏ ਘਰੇ ਉਹ ਲਿਆ ਜੀ ਕਿੱਦਾਂ ਹੁਣ ਸੰਨੇ ਬਹੁਤ ਟਾਈਮ ਲਾਤਾ ਇੱਥੇ ਤੱਕ ਪਹੁੰਚਦੇ ਹਾਂ ਅੱਜ ਛੁੱਟੀ ਕਿ ਘਰੇ ਵਿਹਲੇ ਟੀਨ ਟੀਨ ਕਰਤੀ ਫਿਰ ਨਾ ਹਨੇਰੀ ਬੜੀ ਆਈ ਉੱਡ ਗਈ ਹੋਣੀ ਮੈਨੂੰ ਮੈਦ ਬੜਾ ਗਰ ਕਰਕੇ ਸੁੱਟਤਾ ਨਾ ਤੂੰ ਬਸ ਸਭ ਚੱਲ ਗਈ ਹੁਣ ਮੜਿਆ ਜਾਣਾ ਉੱਧਰ ਭਾਜੀ ਹੁਣ ਨਾਲ ਚੱਲੀ ਭਾਜੀ ਦੂਜੇ ਹੋਸਪਿਟਲ ਚਲੋ ਫਿਰ ਚੱਲ ਗਈ ਅਭੀ ਚੱਲੇ ਹੁਣ ਆਪਾਂ ਮੈਂ ਤਾਂ ਸੁਣਾ ਭਾਜੀ ਵੱਲ ਉੱਧਰ ਥੋੜ੍ਹਾ ਕੰਮ ਆਪਾਂ ਨੂੰ ਉੱਧਰ ਹੋ ਕੇ ਫਿਰ ਵਾਪਸ ਆਵਾਂਗੇ ਭਾਜੀ ਨੇ ਮੁੜ ਕੇ ਇੱਧਰ ਲੈ ਆਉਣਾ ਉੱਥੇ ਥੋੜ੍ਹਾ ਟਾਈਮ ਰੁਕਦੇ ਹੋਣਾ ਰੋਟੀ ਖਾਣੀ ਹੈ ਠੀਕ ਹੈ ਖਾਣੀ ਤੂੰ ਤਾਂ ਨਹੀਂ ਰੋਟੀ ਖਾਣੀ ਕਿਤੇ ਆਹ ਤੇਰੇ ਜੋਗੀ ਲਿਆਂਦੀ ਵੀ ਨਹੀਂ ਮੈਂ ਵੇਖ ਲਓ ਲੈ ਆਉਂਦਾ ਇਹਨਾਂ ਨੂੰ ਫੜ ਕੇ ਆਉਣ ਨਹੀਂ ਡੇ ਭਾ ਮੈਂ ਇੱਧਰ ਆਓ ਯਾਰ ਬੱਸ ਕੇ ਸਿੱਖ ਲਈ ਜਾ
ਆਂਦੇ ਸੋਹਣ ਮਾਨ ਆਉਂਦੇ ਆਂਦੀ ਏਸੀ ਥੱਲੇ ਆ ਸਟੈਂਡ ਜਿਹਾ ਲਾਇਆ ਇਹਦੇ ਵਿੱਚ ਜੁੱਤੀ ਕੋਈ ਨਹੀਂ ਲਾਉਂਦਾ ਲੋਕਾਂ ਸਾਰਿਆਂ ਬਾਹਰ ਹੀ ਲਈਆਂ ਮੈਂ ਬਾਹਰ ਲਾਤੀ ਫਿਰ ਬੱਚਾ ਭਾਂਡੇ ਦੇਖ ਲਿਆ ਠੀਕ ਹੈ ਮਹਾਰਾਜ ਦੀ ਕਿਰਪਾ ਆ ਕੱਲ੍ਹ ਮਿਲ ਜਾਣੀ ਹੈ ਛੁੱਟੀ ਫਾਈਨਲੀ ਅਤੇ ਕੱਲ੍ਹ ਜਾਵਾਂਗੇ ਪਤਾ ਨਹੀਂ ਉਹ ਕਿਰਨ ਦੀਦੀ ਵਾਲੇ ਹੋਸਪਿਟਲ ਜਾਂਦੇ ਜਾਂ ਘਰ ਜਾਂਦੇ ਇਹ ਫਿਰ ਮੌਕੇ 'ਤੇ ਪਤਾ ਲੱਗੂਗਾ ਹੁਣ ਪਹਿਲਾਂ ਤਾਂ ਆਪਾਂ ਉੱਧਰ ਚੱਲੇ ਹਾਂ ਨਾਲੇ ਭਾਅ ਜੀ ਹੋਣੀ ਰੋਟੀ ਰੋਟੀ ਖਾ ਆਉਣਗੇ ਅਜੇ ਪਹੁੰਚ ਗਏ ਆਪਾਂ ਇੱਧਰ ਦੇ ਭਾਅ ਜੀ ਮੈਨੂੰ ਲੱਗਦਾ ਗੱਡੀ ਸਾਈਡ ਲਾ ਕੇ ਤੁਰ ਕੇ ਆਉਣ ਡੇ ਇੱਧਰ ਆ ਗੱਡੀ ਡੇ ਜਾਣਾ ਤੁਹਾਨੂੰ ਫਿਰ ਜਾਣਾ ਵਾ ਨਾ ਛੇਤੀ ਸੱਦਿਆ ਭਾਅ ਜੀ ਰੋਟੀ ਖਾਣ ਅਤੇ ਛੇਤੀ ਜਾਣਾ ਪੈਣਾ ਲੱਗੀ ਸਮਝ ਅਤੇ ਇਹ ਹੁਣ ਸਮਝਦੇ ਭੂਆ ਦਾ ਮੁੰਡਾ ਇਹ ਸੰਗਦਾ ਵੀ ਉੱਥੇ ਭਾਜੀ ਚੜ ਗਏ ਸੀਗੇ ਠੰਡਾ ਲੈਣ ਵਾਸਤੇ ਤੇ ਮੈਂ ਆਖਾਂ ਮੈਂ ਪਤਾ ਨਹੀਂ ਗੱਡੀ ਉੱਥੇ ਲਾ ਕੇ ਤੁਰ ਕੇ ਆਉਣ ਡੇ ਖਣੀ ਹੈਂ ਉਹ ਕਿੱਥੇ ਜਿਹੜੇ ਮੁੱਲ ਲਏ ਨਹੀਂ ਨਹੀਂ ਹਾਂ ਮੈਂ ਲਿਆਂਦੀਆਂ ਕੌਲੀਆਂ ਲਿਆਂਦੀਆਂ ਕੌਲੀਆਂ 'ਚ ਪਾ ਕੇ ਦੇ ਦਿਓ ਨਹੀਂ ਦੇ ਦਿਓ ਫਿਰ ਕੀ ਆ ਯਾਰ ਕੌਲੀਆਂ 'ਚ ਦੇ ਦਿਓ ਕੀ ਹੋਇਆ ਮੈਂ ਦੋ ਲਿਆਂਦੀਆਂ ਕੌਲੀਆਂ 'ਚ ਦੇ ਦਿਓ ਪੁਰਾਣੀਆਂ ਯਾਦਾਂ ਹੈ ਅੱਜ ਮੈਂ ਨਾ ਉਹ ਪੁਰਾਣਾ ਗਾਣਾ ਲਿਆ ਸੀ ਸੁਣਨ ਭਲਾ ਖੇੜਾ ਕਿਤੇ ਇਕੱਲੀ ਬਹਿ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਉਹ ਸਭ ਸੱਪਾਂ ਵਾਲੀ ਗੇਮ ਦਾ ਨਹੀਂ ਚੇਤਾ ਕਰਾਤਾ ਮੁੰਡੇ ਨੇ ਹੈਂ ਪੀਲਾ ਯਾਰ ਮਾਸਾ ਸੁਣੋ ਪੀਲਾ ਪੀਲਾ ਵੇਖਿਆ ਟੱਟੀਆਂ ਨਹੀਂ ਲੱਗ ਜਾਣੇ ਲੈ ਵੀ ਪ੍ਰਸ਼ਾਦਾ ਭਾਜੀ ਨੇ ਛੱਕ ਲਿਆ ਹੁਣ ਮੈਂ ਚੱਲਿਆ ਡੈਡੀ ਦੀ ਵੇਟ ਸ਼ੁਰੂ ਕਰਨ ਡੇ ਡੈਡੀ ਆ ਜੇ ਲੈ ਜਾਂਗੇ ਮਹਾਰਾਜ ਟੈਨਸ਼ਨ ਨਾ ਲਓ ਬਹੁਤ ਜ਼ਿਆਦਾ ਸਬਜ਼ੀ ਨਹੀਂ ਕੋਈ ਚ ਕੱਢਣ ਲੱਗੀ ਇਹ ਵੀ ਗੱਲ ਹੈ ਕੱਲ੍ਹ 12 ਵਜੇ ਛੁੱਟੀ ਮਿਲ ਜਾਣੀ ਹੈ ਬੇਬੀ ਨੂੰ ਅਤੇ ਡੈਡੀ ਆਏ ਹੋਣੇ ਅਜੇ ਮੇਰੀ ਗੱਲ ਹੋਈ ਉਹ ਡਾਕਟਰ ਨਾਲ ਦੁਪਹਿਰੇ ਉਹ ਕਹਿੰਦਾ ਇੰਨਾ ਜੋ ਤੁਹਾਨੂੰ ਰਿਪੋਰਟ ਜੀ ਭੇਜੀ ਹੈ ਉਸ ਤੋਂ ਬਾਅਦ ਉਹ ਕਹਿੰਦਾ ਕਿ ਸ਼ਾਮ ਨੂੰ ਚਲੋ ਓਦਾਂ ਇਹ ਫਾਈਨਲ ਹੋ ਗਿਆ ਵੀ ਕੱਲ੍ਹ ਮਿਲ ਜਾਣੀ ਛੁੱਟੀ ਹਾਂ ਬਸ ਠੀਕ ਹੈ ਫਿਰ ਹੁਣ ਚੱਲਿਆ ਮੈਂ ਘਰੇ ਡੈਡੀ ਜੇ ਰੁਕ ਜਾਣਗੇ ਥੋੜਾ ਟਾਈਮ ਇੱਥੇ ਤੇ ਭਾਜੀ ਨੇ ਉੱਧਰ ਆਪਣਾ ਬੇਬੀ ਵੱਲ ਜਾਣਾ ਦੂਜੇ ਹੋਸਪਿਟਲ ਚੱਲ ਪਿਆ ਹੁਣ ਘਰੇ ਚੱਲੀਏ ਸੰਦੀਪ ਵੀ ਵੇਟ ਕਰਦੀ ਹੋਣੀ ਆ ਵੀ ਲਵਲੀ ਹੁਣਾਂ ਨੂੰ ਲੱਗ ਕੇ ਸਵਾਲ ਲਈਦਾ ਵੀ ਚਲੋ ਉੱਦਾਂ ਇਕੱਲਿਆਂ ਨੇ ਜੀਵ ਨਹੀਂ ਲੱਗਦਾ ਕਿਸੇ ਵੇਲੇ ਅਤੇ ਮੰਮੀ ਹੋਣੀ ਇੱਧਰ ਆ ਵੀ ਅਤੇ ਫਿਰ ਲਵਲੀ ਹੁਣਾਂ ਨੂੰ ਸਵਾਲ ਲਈਦਾ ਲੱਗ ਗਏ ਉਹ ਆ ਗਏ ਹੋਣੇ ਮੇਰੇ ਹਿਸਾਬ ਨਾਲ ਮੈਨੂੰ ਤਾਂ ਲੱਗਦੀ ਗੱਲ ਪਹੁੰਚ ਗਏ ਘਰੇ ਉਹ ਬਾਕੀ ਜਾ ਕੇ ਦੇਖਦੇ ਹਾਂ ਇਹਦਾ ਠਾਕਾ ਲੱਗਾ ਅੱਛਾ 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 ਉਹ ਵਲੋਗ ਪਤਾ ਨਹੀਂ ਹੁਣ ਹੈ ਕਿ ਨਹੀਂ ਆ ਆ ਕੇ ਲਾਇਆ ਜੇ ਉਹ ਵਹਿੰਦੀ ਰਹਿੰਦੀ ਬਸ ਹੈ ਨਾ ਉਹਦੀ ਇੰਟਰਵਿਊ ਵਹਿੰਦੀ ਰਹਿੰਦੀ ਬਸ ਤੇ
ਜਾਂ ਫਿਰ ਇਹ ਸੋਚਦੀ ਆ ਵੀ ਸਰਤਾਜ ਦੀ ਆਪਣੀ ਹੈ ਜਿਹੜੀ ਇਹ ਸਟੋਰੀ ਆ ਉਹ ਇਹ ਚੀਜ਼ਾਂ ਬਣੀਆਂ ਦੇਖਦੀ ਹੈ। ਉਹਨੇ ਨੀ ਦੱਸਿਆ ਭਾ ਮੈਂ ਤਾਂ ਤੇਰੀ ਸਟੋਰੀ ਨੂੰ ਮੈਂ ਤੂੰ ਕਰ ਮੇਰਾ ਹੋਰ ਹੋਰ ਓ ਜੀ ਸੰਡੂ ਸਾਹਿਬ ਕੀ ਹਾਲ ਜੇ ਕਿੱਥੇ ਲੈਂਦੀਆਂ ਸਰਕਾਰਾਂ ਓਏ ਪੁੱਠੇ ਕੰਮ ਗੰਦੇ ਕੰਮ ਉੱਠੋ ਤਾਂ ਚੱਲ ਅੰਦਰ ਉੱਠੋ ਤਾਂ ਉੱਠ ਉੱਠ ਸ਼ਾਬਾ ਉੱਠੋ ਤਾਂ ਵੇਲਾ ਫਿਰ ਦਾਖ ਲਓ ਆਪਣੇ ਭਾਰ ਚੱਲ ਵੈਰੀ ਗੁੱਡ ਚਲੋ ਮੰਮਾ ਕੋ ਇੰਨੇ ਸਾਰਾ ਮੂੰਹ ਲਪੇੜਿਆ ਕਿ ਤਾਂ ਇਹਨੇ ਸੰਦੀਪ ਨੇ ਤਾਂ ਵਾਈਫ ਨਾਲ ਸਾਫ਼ ਕੀਤਾ ਪਰ ਪੱਕੀ ਹੋ ਗਈ ਬਹੁਤ ਜ਼ਿਆਦਾ ਲਿਪਸਟਿਕ ਉਹਵੇ ਕਿਤੇ ਕਿਤੇ ਅਜੇ ਵੀ ਲੱਗੀ ਮੂੰਹ ਦੇ ਉੱਤੇ ਬਹੁਤ ਜ਼ਿਆਦਾ। ਠੀਕ ਆ ਜੀ ਜੇ ਅੱਜ ਦਾ ਵਲੋਗ ਤੁਹਾਨੂੰ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਰਗਨ ਕਰ ਦਿਓ ਸਬਸਕ੍ਰਾਈਬ ਮਿਲਦੇ ਹਾਂ ਕੱਲ੍ਹ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ ਅਤੇ ਜਿਹੜੇ ਫੇਸਬੁੱਕ 'ਤੇ ਵਲੋਗ ਦੇ ਰਹੇ ਫੇਸਬੁੱਕ ਪੇਜ ਨੂੰ ਜ਼ਰੂਰ ਫੋਲੋ ਕਰਿਓ ਅਤੇ ਸਨੈਪਚੈਟ ਆਈ ਡੀ ਨੂੰ ਜ਼ਰੂਰ ਜਾ ਕੇ ਫੋਲੋ ਕਰ ਦਿਓ ਸਾਰੇ ਜਣੇ ਕੀ ਕਹਿੰਦੇ ਫੋਲੋ ਕਹਿੰਦੇ ਹੈਗੇ ਐਡ ਹਾਂ ਐਡ ਕਰ ਲਿਓ ਕਹਿੰਦੇ ਸ਼ਾਇਦ ਐਡ